हाय अस्सलाम वालेकुम। अज असी दो अखां दी हे नाल जिहड़े अक्षर पाए जांदे शाहमुखी ते उहनां नूं सिखण दी कोशिश कर रहे हैगे आ। सब तों पहला अक्षर जिहड़ा पहलां बे हुंदा है, बे नाल जो दो अखां वाली आपां हे पाउणे हैगे आ, इत्थे निकाह नुक्ता चाहुंदे हैगे आ, ते इह जिहड़ा हैगा वो अक्षर ढे बन जांदा हैगा वा। ਤੇ ਇਹ ਸਮਝ ਆਉਂਦਾ ਵੀ ਇਹ ਗੁਰਮੁਖੀ ਦੇ ਅੱਖਰ ਹੈ ਗਿਆ। ਹੋਰਾਂ ਲਫ਼ਜ਼ਾਂ ਨਾਲ ਜਿਹਦੇ ਨਾਲ ਵੀ ਦੋ ਅੱਖਾਂ ਵਾਲੀ ਹੇ ਲੱਗ ਜਾਵੇ ਤੇ ਸਮਝ ਉਹ ਪੰਜਾਬੀ ਦਾ ਅੱਖਰ ਹੈਗਾ, ਸ਼ਾਹਮੁਖੀ ਦਾ ਅੱਖਰ ਹੈਗਾ, ਬਾਹਰੋਂ ਉਧਾਰਾ ਲਿਆ ਗਿਆ ਅੱਖਰ ਨਹੀਂ ਗਾ। ਤੇ ਦੂਸਰਾ ਹੈਗਾ ਜੀ, ਉਸੇ ਤਰੀਕੇ ਨਾਲ ਹੀ ਜਦੋਂ ਅਸੀਂ ਪੇ ਦੇ ਨਾਲ ਦੋ ਅੱਖਾਂ ਵਾਲੀ ਹੇ ਲਾਉਂਦੇ ਹੈਗੇ ਹਾਂ, ਤੇ ਇੱਥੇ ਆਪਾਂ ਤਿੰਨ ਨੁਕਤੇ ਲਾਉਣੇ ਹੈਗੇ ਆ। ਇਹ ਇਸ ਤਰੀਕੇ ਨਾਲ ਅੱਖਰ ਬਣ ਜਾਂਦਾ ਹੈਗਾ। ਇਹਨੂੰ ਜਿਹੜਾ ਹੈਗਾ ਫੇ ਬੋਲਦੇ ਹੈਗੇ ਆ। ਇਹ ਪੱਪੇ ਦੇ ਨਾਲ ਐਚ ਦਾ ਐਚ ਲਾ ਇੰਗਲਿਸ਼ ਵਾਂਗੂ, ਉਦਾਂ ਹੀ ਇਹਦਾ ਅੱਖਰ ਜਿਹੜਾ ਹੈਗਾ ਦੂਜਾ ਇਹ ਫੇ ਬਣ ਜਾਂਦਾ ਹੈਗਾ। ਜਿਹੜਾ ਤੀਜਾ ਅੱਖਰ ਹੈਗਾ ਵਾ ਉਹ ਥੇ ਹੈਗਾ। ਇਹ ਉਸੇ ਤਰੀਕੇ ਨਾਲ ਹੀ ਆਪਾਂ ਇਹ ਪਾਇਆ, ਇਹਨੂੰ ਦੋ ਅੱਖਾਂ ਵਾਲੀ ਹੇ ਬਣਾਈ। ਇਹ ਟੇ ਦੇ ਨਾਲ ਜਦੋਂ ਅਸੀਂ ਲਾਉਂਦੇ ਹੈਗੇ ਹਾਂ, ਇੱਥੇ ਅਸੀਂ ਦੋ ਨੁਕਤੇ ਲਾਉਂਦੇ ਹੈਗੇ ਹਾਂ, ਟੇ ਦੇ ਨਾਲ ਇਹ ਚ ਬਣ ਗਿਆ। ਇਹ ਜਿਹੜਾ ਅੱਖਰ ਹੈਗਾ ਵਾ ਥੇ ਬਣ ਜਾਂਦਾ ਹੈਗਾ ਵਾ। ਥੇ ਜਿੱਦਾਂ ਟੀ ਦੇ ਨਾਲ ਆਪਾਂ ਐਚ ਪਾ ਲਈਏ ਤੇ ਥ ਬਣ ਜਾਂਦਾ ਹੈਗਾ, ਉਸੇ ਤਰੀਕੇ ਨਾਲ ਹੀ ਪੱਪੇ ਨਾਲ ਐਚ ਲਾਈਏ ਤੇ ਫੱਫਾ ਬਣ ਜਾਂਦਾ ਹੈਗਾ ਵਾ, ਫੇ ਬਣ ਗਿਆ। ਤੱਤੇ ਨਾਲ ਜਦੋਂ ਐਚ ਪਾਉਂਦੇ ਹਾਂ ਅਸੀਂ, ਟੀ ਦੇ ਨਾਲ ਐਚ ਪਾਉਂਦੇ ਹਾਂ ਤੇ ਥੇ ਬਣ ਜਾਂਦਾ ਹੈਗਾ ਤੀਜਾ ਅੱਖਰ, ਇਹ ਥੇ ਹੈਗਾ ਵਾ। ਚੌਥਾ ਹੈਗਾ ਵਾ ਠੇ, ਇਹ ਸਮਝੋ ਟੈਂਕੇ ਦੇ ਨਾਲ। ਇਹ ਇਸ ਥਾਂ ਤੇ ਜਦੋਂ ਅਸੀਂ ਇੱਥੇ ਇੱਕ ਤੋਏ ਪਾਉਂਦੇ ਹੈਗੇ ਹਾਂ, ਉਹ ਟੀ ਲਈ ਯੂਜ਼ ਕਰ ਜਾਂਦਾ, ਟੈਂਕ ਲਈ ਯੂਜ਼ ਕੀਤਾ ਜਾਂਦਾ, ਇਹ ਬਣ ਜਾਂਦਾ ਹੈਗਾ ਵਾ। ਤੇ ਇਹ ਅੱਖਰ ਜਿਹੜਾ ਹੈਗਾ ਇਹ ਠੇ ਬਣ ਜਾਂਦਾ ਟੈਂਕੇ ਦੇ ਨਾਲ। ਟੈਂਕੇ ਦੇ ਨਾਲ ਜਦੋਂ ਇਹ ਪਾਇਆ, ਇਹ ਅੱਖਰ ਜਿਹੜਾ ਹੈਗਾ ਠੇ ਬਣ ਜਾਂਦਾ ਹੈਗਾ। ਤੇ ਇਸ ਤੋਂ ਅਗਲਾ ਅੱਖਰ ਜਿਹੜਾ ਹੈਗਾ ਵਾ ਉਹ ਹੈਗਾ ਵਾ ਛੇ ਬਣ ਜਾਂਦਾ। ਜੀਮ ਦੇ ਨਾਲ ਜਦੋਂ ਇੱਥੇ ਲਾ ਕੇ ਇੱਥੇ ਇੱਕ ਨੁਕਤਾ ਲਾਉਂਦੇ ਹੈਗੇ ਆ, ਤੇ ਜਿਹੜਾ ਇਹ ਅੱਖਰ ਹੈਗਾ ਵਾ ਇਹ ਛੇ ਬਣ ਜਾਂਦਾ ਹੈਗਾ ਵਾ। ਭੇ ਫੇ ਥੇ ਠੇ ਤੇ ਛੇ। ਤੇ ਉਸ ਤੋਂ ਅਗਲਾ ਅੱਖਰ ਜਿਹੜਾ ਹੈਗਾ ਵਾ ਉਹ ਜਦੋਂ ਛੇ ਬਣਾਉਣ ਦੇ ਲਈ, ਜਦੋਂ ਇੱਥੇ ਦੋ ਅੱਖਾਂ ਵਾਲੀ ਹੇ ਲਾਉਂਦੇ ਹੈਗੇ ਆ ਤੇ ਹੇਠਾਂ ਤਿੰਨ ਨੁਕਤੇ ਲਾਉਂਦੇ ਅਸੀਂ, ਤੇ ਜਿਹੜਾ ਇਹ ਅੱਖਰ ਹੈਗਾ ਵਾ ਇਹ ਜਿਹੜਾ ਛੇ ਬਣ ਜਾਂਦਾ ਹੈਗਾ। ਛੇ ਇੱਥੋਂ ਲਾਇਆ ਜੀ। ਇਹ ਜਿਹੜਾ ਹੈਗਾ ਛੇ ਬਣ ਜਾਂਦਾ ਹੈਗਾ। ਮੈਂ ਪਹਿਲਾਂ ਮੇਰੇ ਕੋਲ ਹੋਰ ਤਰੀਕੇ ਨਾਲ ਪੈ ਗਿਆ, ਇਹਨੂੰ ਆਪਾਂ ਡਿਲੀਟ ਕਰ ਦਾਂਗੇ। ਛੇ ਤੋਂ ਅਗਲਾ ਅੱਖਰ ਜਿਹੜਾ ਹੈਗਾ ਤੇ ਹੈਗਾ। ਸਭ ਤੋਂ ਪਹਿਲਾਂ ਜਿਵੇਂ ਆਪਾਂ ਦਾਲ ਬਣਾਉਣੇ ਹੈਗੇ ਆ, ਦਾਲ ਦੇ ਮੋਹਰੇ ਜਦੋਂ ਦੋ ਅੱਖਰ ਵਾਲੇ ਆਪਾਂ ਹੇ ਪਾਉਣੇ ਹੈਗੇ ਆ, ਇਹ ਅੱਖਰ ਜਿਹੜਾ ਹੈਗਾ ਤੇ ਬਣ ਜਾਂਦਾ ਹੈਗਾ। ਉਹ ਜਿਹੜਾ ਧੋਬੀ ਲਈ ਅਸੀਂ ਯੂਜ਼ ਕਰਦੇ ਹੈਗੇ ਆ, ਆਹ ਲਾਈਨ ਇੱਕ ਵਾਧੂ ਪੈ ਗਈ ਆ, ਇਹਨੂੰ ਆਪਾਂ ਕੱਟ ਦਿਆਂਗੇ। ਇਹ ਅੱਖਰ ਜਿਹੜਾ ਹੈਗਾ ਧੋਬੀ ਵਾਲਾ ਇਹ ਤੇ ਬਣ ਜਾਂਦਾ ਹੈਗਾ। ਤੇ ਉਦੋਂ ਗਾਂ ਥੱਲੇ ਸਭ ਤੋਂ ਪਹਿਲਾਂ ਆਪਾਂ ਦਾਲ ਪਾਉਣੇ ਹੈਗੇ ਆ, ਤੇ ਇਹਦੇ ਉੱਪਰ ਆਪਾਂ ਟੋਏ ਪਾਉਣੇ ਹੈਗੇ ਆ, ਤੇ ਇੱਥੇ ਦੋ ਅੱਖਾਂ ਵਾਲੀ ਹੇ ਪਾ ਦਿੰਦੇ ਹੈਗੇ ਆ। ਇਹ ਜਿਹੜਾ ਅੱਖਰ ਹੈਗਾ ਇਹ ਢੇ ਬਣ ਜਾਂਦਾ ਹੈਗਾ। ਜਿਵੇਂ ਢੋਲ ਨਾਲ ਸ਼ੁਰੂ ਅੱਖਰ ਕਰਨਾ ਹੋਵੇ ਤਾਂ ਅਸੀਂ ਇਹਨੂੰ ਟੇ ਬੋਲਦੇ ਹੈਗੇ ਆ। ਇਹ ਸਾਡੇ ਕੋਲ ਜਿਹੜੇ ਅੱਖਰ ਹੈਗੇ ਆ ਅੱਠ ਬਣ ਗਏ ਹੈਗੇ ਆ। ਉਸ ਤੋਂ ਬਾਅਦ ਅੱਖੇ ਜਿਹੜਾ ਕਾਫ ਨਾਲ ਲੱਗਦਾ ਹੈਗਾ ਵਾ, ਜਦੋਂ ਅਸੀਂ ਇਹਨੂੰ ਇਸ ਤਰੀਕੇ ਨਾਲ ਪਾਉਂਦੇ ਹੈਗੇ ਆ, ਤੇ ਇਹ ਜਿਹੜਾ ਅੱਖਰ ਹੈਗਾ ਵਾ ਇਹ ਖੇ ਬਣ ਜਾਂਦਾ ਹੈਗਾ ਵਾ। ਖੇ ਕਾਫ ਦੇ ਨਾਲ ਹੈਗਾ।
ਅਗਲਾ ਸੀ ਗਾਫ ਦੇ ਨਾਲ ਜੋ ਅਸੀਂ ਪਾਉਂਦੇ ਹੈਗੇ ਆ, ਤੇ ਇਹ ਅੱਖਰ ਜਿਹੜਾ ਹੈਗਾ ਵਾ ਇਹ ਕੇ ਬਣ ਜਾਂਦਾ ਹੈਗਾ। ਇਹ ਸਾਡੇ ਕੋਲ 10 ਅੱਖਰ ਹੋ ਗਏ ਹੈਗੇ ਆ ਜਿਹੜੇ ਅਸੀਂ ਇਹਨਾਂ ਯੂਜ ਕਰਦੇ ਹਾਂ, ਜਿਹੜੇ ਕਾਮਨਲੀ ਯੂਜ ਹੁੰਦੇ ਹੈਗੇ ਆ। ਇਹਨਾਂ ਤੋਂ ਬਿਨਾਂ 5 ਅੱਖਰ ਹੋਰ ਹੈਗੇ ਆ ਜਿਹੜੇ ਸਾਨੂੰ ਬੜੀ ਜ਼ਰੂਰਤ ਨਹੀਂ ਹੁੰਦੀ ਪਰ ਲਾ ਵੀ ਲਾਉਣੇ ਹੀ ਪੈਂਦੇ ਹੈਗੇ। ਜਿਹੜਾ ਲਾ ਵੀ ਲੈਂਦੇ ਹਾਂ, ਇੱਕ ਰੇ ਪਾਇਆ, ਰੇ ਦੇ ਨਾਲ ਅਸੀਂ ਗੋਲ ਅੱਖਾਂ ਵਾਲੀ ਇਹ ਪਾਈ, ਤੇ ਇੱਕ ਤਰੀਕੇ ਨਾਲ ਰਾਰੇ ਦੇ ਪੈਰ ਵਿੱਚ ਹਾਹਾ ਪਾਉਣ ਵਾਲੀ ਇਹਦੀ ਸਾਊਂਡ ਆਉਂਦੀ ਹੈਗੀ ਆ। ਉਦੋਂ ਬਾਅਦ ਹੈਗਾ ਰੇ, ਉਦਾਂ ਹੀ ਅਸੀਂ ਆਰ ਪਾਉਣੀ ਹੈਗੀ ਆ, ਇੱਥੇ ਇਹਦੇ ਉੱਪਰ ਤੋਏ ਪਾਉਣੇ ਹੈਗੇ ਆ, ਤੇ ਇੱਥੇ ਅਸੀਂ ਦੋ ਅੱਖਾਂ ਵਾਲੀ ਹੇ ਪਾਉਣੇ ਹੈਗੇ ਆ। ਜੋ ਦੋ ਵਾਲੀ ਅੱਖਾਂ ਵਾਲੀ ਹੇ ਪਾਉਣੇ ਹੈਗੇ ਆ, ਇਹਦਾ ਜਿਹੜਾ ਹੈਗਾ ਇਹ ਰਾੜੇ ਦੇ ਪੈਰ ਹਾਹਾ ਚ ਪਾਉਣ ਵਾਲੀ ਸਾਨੂੰ ਸਾਊਂਡ ਇਹ ਤੋਂ ਆਉਂਦੀ ਹੈਗੀ ਆ। ਤੇ ਉਸ ਤੋਂ ਬਾਅਦ ਹੈ ਲਾਮ ਦੇ ਨਾਲ ਅਸੀਂ ਪਾਉਣਾ ਹੈਗਾ। ਲਾਮ ਨੂੰ ਇਸ ਤਰੀਕੇ ਨਾਲ ਪਾ ਕੇ, ਤੇ ਇਹਨੂੰ ਜਦੋਂ ਅਸੀਂ ਇਸ ਤਰੀਕੇ ਨਾਲ ਪਾਉਣੇ ਹੈਗੇ ਆ, ਇਹਦੀ ਸਾਊਂਡ ਜਿਹੜੀ ਹੈਗੀ ਸਾਨੂੰ ਲੱਲੇ ਦੇ ਪੈਰ ਵਿੱਚ ਹਾਹੇ ਵਰਗੀ ਆਉਂਦੀ ਹੈਗੀ ਆ। ਲਾਮ ਦੇ ਨਾਲ ਲੱਲੇ ਦੇ ਹੇਠਾਂ ਜਦੋਂ ਹਾਹਾ ਪਾਉਣਾ ਹੋਵੇ ਤੇ ਲੱਲੇ ਦੇ ਪੈਰ ਹਾਇਆ ਪਾਇਆ ਜਾ ਸਕਦਾ ਹੈਗਾ। ਤੇ ਉਦੋਂ ਅਗਰ ਹੈਗਾ ਮੀਮ ਦੇ ਵਿੱਚ, ਮੀਮ ਗੁਰਮੁਖੀ ਵਿੱਚ ਮੰਮੇ ਦੇ ਵਰਗਾ ਹੁੰਦਾ ਹੈਗਾ ਉਹ, ਤੇ ਇਹਦੇ ਵਿੱਚ ਜਦੋਂ ਥੋੜੀ ਜਿਹੀ ਸ਼ਕਲ ਠੀਕ ਨਹੀਂ ਬਣੀ ਤੇ ਇਹਨੂੰ ਜੇ ਆਪਾਂ ਇੱਕ ਵਾਰੀ ਡਿਲੀਟ ਕਰ ਦਾਂਗੇ ਤੇ ਸ਼ਾਇਦ ਥੋੜਾ ਹੋਰ ਕਲੀਅਰ ਹੋ ਜਾਊਗਾ। ਜਿਹੜਾ ਇਸ ਤਰੀਕੇ ਨਾਲ ਮੀਮ ਬਣਾਉਣ ਦੇ ਨਾਲ ਜਦੋਂ ਇਹ ਬਣਾਉਂਦੇ ਉਸ ਅੱਖਰ, ਇਹ ਮੰਮੇ ਦੇ ਪੈਰ ਵਿੱਚ ਹਾਹੇ ਵਰਗੀ ਸਾਊਂਡ ਆਉਂਦੀ ਹੈਗੀ ਆ। ਤੇ ਅਖੀਰਲਾ ਅੱਖਰ ਹੈਗਾ ਵਾ ਨੂਨ ਦੇ ਪੈਰ ਵਿੱਚ ਹਾਹਾ। ਨੂਨ ਪਾਉਣ ਦੇ ਲਈ ਇੱਕ ਨੁਕਤਾ ਲੱਗਦਾ ਹੈਗਾ, ਇਹਦੇ ਨਾਲ ਆਪਾਂ ਅਸੀਂ ਇਹਨੂੰ ਨੂਨ ਦੇ ਨਾਲ ਦੋ ਅੱਖਾਂ ਵਾਲੀ ਹੇ ਪਾ ਦਿੰਦੇ ਹੈਗੇ ਆ, ਤੇ ਇਹਦੀ ਜਿਹੜੀ ਸਾਊਂਡ ਹੈਗੀ ਆ ਨੰਨਾ ਹੈਗਾ, ਨੰਨੇ ਦੇ ਪੈਰ ਵਿੱਚ ਹਾਹਾ ਪਾਉਂਦੇ ਹੈਗੇ ਆ। ਇਹ ਅੱਖਰ 5 ਹੈਗੇ ਆ, ਤੇ ਟੋਟਲ ਜਿਹੜੇ ਅੱਖਰ ਸਾਡੇ ਕੋਲ ਹੈਗੇ ਜਿਨ੍ਹਾਂ ਨਾਲ ਅਸੀਂ ਸ਼ਾਹਮੁਖੀ ਦੇ ਅੱਖਰਾਂ ਦੇ ਨਾਲ ਅਸੀਂ ਦੋ ਅੱਖਾਂ ਵਾਲੀ ਹੇ ਲਾ ਜਾਂਦੇ ਹੈਗੇ ਆ, ਇਹ 15 ਅੱਖਰ ਬਣਦੇ ਹੈਗੇ ਆ। ਇਹ 15 ਅੱਖਾਂ ਦੇ ਨਾਲ ਅਸੀਂ ਗੋਲ ਅੱਖਾਂ ਵਾਲੀ ਹੇ ਲਾ ਸਕਦੇ ਹੈਗੇ ਆ। ਇੱਕ ਤਰ੍ਹਾਂ ਉਹੀ ਆ ਵੀ ਜਿਵੇਂ ਅੰਗਰੇਜ਼ੀ ਦੇ ਅੱਖਰ ਦੇ ਨਾਲ ਟੀ ਦੇ ਨਾਲ ਐਚ ਲਾ ਦਈਏ, ਡੀ ਦੇ ਨਾਲ ਐਚ ਲਾ ਦਈਏ, ਕਹੇ ਨਾਲ ਜੋ ਐਚ ਲਾਉਂਦੇ ਆ ਉਹਦੀ ਸਾਊਂਡ ਥੋੜੀ ਬਦਲ ਜਾਂਦੀ ਹੈਗੀ ਆ। ਉਸੇ ਤਰੀਕੇ ਨਾਲ ਹੀ ਜਦੋਂ ਤੁਸੀਂ ਸ਼ਾਹਮੁਖੀ ਦੇ ਅੱਖਰਾਂ ਦੇ ਨਾਲ ਦੋ ਅੱਖਾਂ ਵਾਲੀ ਹੇ ਲਾਉਂਦੇ ਹੈਗੇ ਆ, ਇੱਕ ਤਰ੍ਹਾਂ ਦਾ ਐਚ ਹੀ ਸਮਝ ਲਓ, ਜਿਵੇਂ ਐਚ ਅਸੀਂ ਲਾਉਂਦੇ ਆ ਉਦਾਂ ਹੀ ਇੱਥੇ ਅਸੀਂ ਦੋ ਅੱਖਾਂ ਵਾਲੀ ਹੇ ਲਾਉਂਦੇ ਹੈਗੇ ਆ। ਧੰਨਵਾਦ ਜੀ ਤੁਹਾਡਾ ਸੁਣਨ ਲਈ, ਧੰਨਵਾਦ।